ਕਿਸਾਨ ਜਥੇਬੰਦੀਆਂ ਵੱਲੋਂ 7 ਅਤੇ 9 ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਕੁਝ ਇਹਦੇ ਵਿੱਚ ਖਾਸ ਰਹਿਣਾ, ਮੰਗਾਂ ਕਿਹੜੀਆਂ ਨੇ, ਮੁੱਦੇ ਕਿਹੜੇ ਨੇ, ਗੱਲਬਾਤ ਕਰ ਲਿਆ ਜਗਜੀਤ ਸਿੰਘ ਡੱਲੇਵਾਲ ਨਾਲ। ਡੱਲੇਵਾਲ ਸਾਹਿਬ, ਕਿਹੜੇ ਖਾਸ ਮੁੱਦੇ ਰਹਿਣੇ ਆ, ਕਿਉਂ ਨਵਾਂ ਐਲਾਨ ਕਰ ਦਿੱਤਾ ਗਿਆ? ਕਿਉਂਕਿ ਬੀਜੇਪੀ ਵਾਲੇ ਵੀ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਔਰ ਜਿਹੜੇ ਡੱਲੇਵਾਲ ਹੁਣੀ ਔਰ ਪੰਦੇਰ ਉਹਨਾਂ ਦੇ ਆਪਸ 'ਚ ਦੋਸਤੀ ਹੈ। ਦੇਖੋ, ਸਾਨੂੰ ਜਦੋਂ ਵੀ ਅਸੀਂ ਕਿਸੇ ਦੇ ਖਿਲਾਫ਼ ਲੜਾਈ ਲੜਾਂਗੇ, ਆ ਜਦੋਂ ਅਸੀਂ ਕੱਲ੍ਹ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਪੁਤਲੇ ਫੂਕਾਂਗੇ ਜਾਂ ਪੰਜਾਬ ਸਰਕਾਰ ਦੇ ਪੁਤਲੇ ਫੂਕਾਂਗੇ, ਤੁਸੀਂ ਦੇਖੋ ਫਿਰ ਸਾਡੇ 'ਤੇ ਕੀ ਦੋਸ਼ ਲੱਗਣਗੇ। ਜਿਹਦੇ ਖਿਲਾਫ਼ ਅਸੀਂ ਆਵਾਜ਼ ਚੱਕਾਂਗੇ ਆਪਦੀ, ਜਿਹਦੇ ਖਿਲਾਫ਼ ਬੋਲਾਂਗੇ, ਉਹਨਾਂ ਕੋਲ ਇੱਕ ਵਧੀਆ ਘੋੜਿਆ ਘੜਾਇਆ ਸਵਾਲ ਜਵਾਬ ਹੁੰਦਾ ਹੈ ਕਿ ਜੀ ਇਹਦਾ ਫਲਾਨੀ ਪੋਲੀਟੀਕਲ ਪਾਰਟੀ ਦੇ ਸਪੋਂਸਰਡ ਨੇ ਲੋਕ, ਸੋ ਇਹ ਸਾਡੇ 'ਤੇ ਦੋਸ਼ ਲੱਗਦੇ ਰਹੇ ਨੇ, ਇਹ ਲੱਗਦੇ ਰਹਿਣੇ ਆ, ਸਾਨੂੰ ਇਹ ਕਹਿੰਦੇ ਰਹਿਣਾ ਵੀ ਫਲਾਣੇ ਦੇ ਨੇ, ਫਲਾਣੇ ਦੇ ਨੇ। ਹਾਂ, ਲੜਾਈ ਜਿਹੜੀ ਸਾਡੇ ਮੁੱਦੇ ਨੇ, ਸਾਡੇ ਮੁੱਦੇ ਸਮਝਣ ਦੀ ਲੋੜ ਹੈ ਕਿ ਅਸੀਂ 13 ਮਹੀਨੇ ਦਿੱਲੀ ਦੇ ਬਾਰਡਰਾਂ 'ਤੇ ਬਹਿ ਕੇ ਲੜੇ, ਇਸ ਗੱਲ 'ਤੇ ਲੜੇ ਕਿ ਅਸੀਂ ਮੰਡੀ ਖਤਮ ਨਹੀਂ ਹੋਣ ਦੇਣੀ, ਸਰਕਾਰੀ ਮੰਡੀ ਸਾਡੀ। ਅੱਜ ਸਰਕਾਰੀ ਮੰਡੀ ਨੂੰ ਖਤਮ ਕਰਨ ਵਾਸਤੇ ਸੈਲੋ ਨੂੰ ਮੰਡੀ ਲਾ ਦਿੱਤਾ ਸਰਕਾਰ ਨੇ। ਜਦੋਂ ਸਾਡੇ ਕੋਲ ਵਿਵਸਥਾ ਹੈਗੀ ਹੈ, ਸਾਡੇ ਕੋਲ ਐਡੇ ਵਧੀਆ ਪ੍ਰਬੰਧ ਹੈਗੇ ਨੇ, ਕਿਉਂ ਮਤਲਬ ਉਹਨਾਂ ਮੰਡੀਆਂ ਨੂੰ ਛੱਡ ਕੇ ਸੈਲੋਜ ਨੂੰ ਮੰਡੀਆਂ ਐਲਾਨਿਆ ਜਾ ਰਿਹਾ ਹੈ? ਇੱਕ ਕਾਰਪੋਰੇਟ ਦਾ ਪੱਖ ਪੂਰਿਆ ਜਾ ਰਿਹਾ, ਕਾਰਪੋਰੇਟ ਨੂੰ ਮਿਲਣ ਦਾ ਜਿਹੜਾ ਖਰਚਾ ਆਉਣਾ ਸੀਗਾ, ਉਹਨਾਂ ਨੂੰ ਜਿਹੜਾ ਟਰਾਂਸਪੋਰਟ ਦਾ ਖਰਚਾ ਪੈਣਾ ਸੀਗਾ ਜਾਂ ਜਿਹੜਾ ਲੇਬਰ ਚਾਰਜਿਸ ਪੈਣੇ ਸੀ, ਉਹ ਸਾਰੇ ਬਚਾਉਣ ਵਾਸਤੇ ਸਾਡੇ ਮੰਡੀਆਂ ਬਰਬਾਦ ਕਰਨ ਵਾਲੇ ਪਾਸੇ ਨੂੰ ਸਰਕਾਰ ਤੁਰੀ ਹੋਈ, ਕਾਰਪੋਰੇਟ ਲੋਕਾਂ ਦੇ ਥੱਲੇ ਝੁੱਕ ਚੁੱਕੀ। ਇੱਕ ਤਿੰਨ ਜਿਹੜੇ ਪਹਿਲੇ ਕਾਨੂੰਨ ਸੀਗੇ ਉਹ ਫਿਰ ਵਾਪਸ ਲਿਆਉਣ ਦੀ ਕੋਸ਼ਿਸ਼? ਬਿਲਕੁਲ ਬਿਲਕੁਲ, ਲੁਕਮੇ ਰੂਪ 'ਚ ਹੋਰ ਗੱਲ ਦੱਸ ਦਿੰਦਾ ਕਿ ਜਦੋਂ ਅਨਾਜ ਨੂੰ ਹੀ ਉਹਨਾਂ ਕਾਨੂੰਨਾਂ ਦੇ ਰਾਹੀਂ ਵੀ ਅਨਾਜ ਕਾਰਪੋਰੇਟਾਂ ਦੇ ਕਬਜ਼ੇ ਕਰਨ ਦੀ ਗੱਲ ਸੀ, ਅਤੇ ਹੁਣ ਵੀ ਇਹਨਾਂ ਨੂੰ ਅਧਿਕਾਰ ਦੇਣ ਦੀ ਗੱਲ ਆ ਰਹੀ ਹੈ ਕਿ ਜੀ ਇਹਨਾਂ ਅਨਾਜ ਨੂੰ ਖਰੀਦਣ ਦਾ ਵੇਚਣ ਦੀ ਜ਼ਿੰਮੇਵਾਰੀ ਇਹਨਾਂ ਦੀ ਹੋਊਗੀ। ਇਟ ਮੀਨਸ ਕੀ ਕਰਤਾ ਕਿ ਅਨਾਜ ਇਨਡਾਇਰੈਕਟ ਢੰਗ ਦੇ ਨਾਲ ਇਹਨਾਂ ਦੇ ਹਵਾਲੇ ਕਰਤਾ। ਇਹ ਆਮ ਵਿਅਕਤੀ ਦੀ ਮੰਗ ਹੈ ਜੀ, ਹੁਣ ਇਹ ਇਕੱਲੇ ਕਿਸਾਨਾਂ ਦੀ ਨਹੀਂ। ਠੀਕ ਹੈ, ਅਸੀਂ ਸਮਝ ਲਿਆ ਕਿ ਅਸੀਂ ਲੜਾਈ ਲੜਨੀ ਹੈ, ਇਹ ਹਰ ਉਹ ਵਿਅਕਤੀ ਨੂੰ ਲੜਾਈ ਲੜਨੀ ਪੈਣੀ ਹੈ ਜਿਹੜਾ ਰੋਟੀ ਖਾਣਾ ਚਾਹੁੰਦਾ ਹੈ। ਉਹਨਾਂ ਕਾਨੂੰਨਾਂ ਰਾਹੀਂ ਵੀ ਅਡਾਨੀਆਂ ਦੇ ਕੋਲ ਅਨਾਜ ਜਾਣ ਦੀ ਪੋਲਿਸੀ ਸੀ ਔਰ ਅੱਜ ਵੀ ਅਡਾਨੀਆਂ ਕੋਲ ਅਨਾਜ ਜਾਣ ਦੀ ਪੋਲਿਸੀ ਹੈ। ਸੋ ਇਹ ਲੜਾਈ ਹੈ ਜਿਹੜੀ, ਇਹ ਪੂਰੇ ਦੇਸ਼ ਦੀ ਹੈ, ਕਿਸਾਨਾਂ ਇਕੱਲਿਆਂ ਦੀ ਨਹੀਂ ਹੈ। ਨਾਲ ਜਿਹੜੀ ਸਾਡੀ ਮੰਗ ਹੈ ਕਿ ਜਿਹੜੇ ਸਾਡੇ ਨੌਜਵਾਨ ਇਹਨਾਂ ਨੇ ਜੇਲ੍ਹਾਂ 'ਚ ਬੰਦ ਕੀਤੇ ਨੇ ਕਿਸਾਨ ਫੜ ਕੇ, ਉਹਨਾਂ ਨੂੰ ਰਿਹਾਅ ਕਰੇ। ਸਾਡੇ ਨਾਲ ਮੰਗਾਂ ਦੇ ਵਿੱਚ ਮੰਨੇ ਨੇ, ਸਾਡੇ ਮੀਟਿੰਗਾਂ 'ਚ ਮੰਨੀ ਹੈ ਸਰਕਾਰ ਕਿ ਅਸੀਂ ਵਾਪਸ ਕਰ ਲੈਣ ਲੈ ਲੈਂਦੇ ਸਾਰਿਆਂ ਤੋਂ, ਇਹ ਕੇਸ ਵਾਪਸ ਲੈ ਕੇ, ਲੇਕਿਨ ਨਹੀਂ ਕੀਤੇ ਜਾ। ਦੂਜੀ ਗੱਲ, ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਸੰਵਿਧਾਨ ਨੇ ਹਰ ਵਿਅਕਤੀ ਨੂੰ ਆਪਦੀ ਆਵਾਜ਼ ਬੁਲੰਦ ਕਰਨ ਦਾ, ਆਪਦਾ ਪ੍ਰੋਟੈਸਟ ਕਰਨ ਦਾ ਰਾਈਟ ਦਿੱਤਾ ਹੋਇਆ ਹੈ, ਔਰ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਕਿਸਾਨਾਂ ਨੂੰ ਘਰਾਂ ਤੋਂ ਬਾਹਰ ਤੱਕ ਨਹੀਂ ਨਿਕਲਣ ਦਿੱਤਾ ਜਾ ਰਿਹਾ, ਔਰ ਕਿਸਾਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਕਿ ਤੁਹਾਡੇ ਮਸ਼ੀਨਰੀ ਜ਼ਬਤ ਕਰ ਲਾਂਗੇ, ਤੁਹਾਡੇ ਪਾਸਪੋਰਟ ਮਤਲਬ ਕੈਂਸਲ ਕਰ ਦਿਆਂਗੇ, ਤੁਹਾਡੇ ਅਸਲਾ ਲਾਇਸੈਂਸ ਕੈਂਸਲ ਕਰ ਦਿਆਂਗੇ, ਤੁਹਾਡੇ ਦੇ ਮੁਕੱਦਮੇ ਲੱਗ ਜਾਣਗੇ, ਤੁਹਾਡੀਆਂ ਜ਼ਮੀਨਾਂ ਅਸੀਂ ਐਕਵਾਇਰ ਕਰ ਲਾਂਗੇ। ਤੋ ਇਹ ਜਿਹੜਾ ਕੁਛ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਾਰੀਆਂ ਲੋਕਾਂ ਦੇ ਨਾਲ ਬੇਇਨਸਾਫੀਆਂ ਤੋਂ ਸਰਕਾਰ ਪਿੱਛੇ ਹਟੇ, ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਜਿਹੜਾ 7 ਤਰੀਕ ਨੂੰ, ਜਿਹੜਾ 9 ਦਾ। ਅਗਰ ਸਰਕਾਰ 7 ਤਰੀਕ ਤੱਕ ਸਾਡੀਆਂ ਇਹਨਾਂ ਗੱਲਾਂ ਦੇ ਉੱਤੇ ਗੌਰ ਨਹੀਂ ਕਰਦੀ, 7 ਦਾ ਪ੍ਰੋਗਰਾਮ ਕਰਨ ਤੋਂ ਬਾਅਦ ਫਿਰ 9 ਨੂੰ ਸਾਨੂੰ ਮਜਬੂਰਨ ਇੱਕ ਥਾਂ ਦੇ ਉੱਤੇ ਅਸੀਂ ਰੇਲ ਰੋਕਾਂਗੇ, ਅਗਰ ਫਿਰ ਵੀ ਸਰਕਾਰ 'ਤੇ ਕੋਈ ਅਸਰ ਨਹੀਂ ਹੁੰਦਾ ਤਾਂ ਫਿਰ ਇਹਦੇ ਪ੍ਰੋਗਰਾਮ ਅੱਗੇ ਮਤਲਬ ਦਿੱਤਾ ਜਾ ਸਕਦਾ ਹੈ। ਜਿਸ ਤਰੀਕੇ ਨਾਲ ਗੱਲ ਕਰੀਏ, ਪਹਿਲਾਂ ਤਾਂ 2 ਫਾਰਮਾਂ ਦੀ ਅਲੱਗ ਤੋਂ ਇੱਕ ਸ਼ੰਭੂ ਔਰ ਖਨੌਰੀ ਦੇ ਧਰਨੇ ਲੱਗੇ ਹੋਏ ਸੀਗੇ, ਔਰ ਉਹਦੇ ਬਾਅਦ ਹੁਣ ਜਦੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਵੀ ਅਸੀਂ 8 ਤਰੀਕ ਨੂੰ ਚੰਡੀਗੜ੍ਹ ਕੂਚ ਕਰਨਾ ਔਰ ਵੱਡਾ ਇਕੱਠ ਕਰਾਂਗੇ ਆਮ ਸਭ ਗੁਰਦੁਆਰੇ ਬਾਅਦ, ਤਾਂ ਉਸ ਤੋਂ ਬਾਅਦ ਤੁਸੀਂ ਦੋਨਾਂ ਫਾਰਮਾਂ ਨੇ ਕਿਉਂ ਐਲਾਨ ਕੀਤਾ ਜਾਂ ਹੁਣ ਵੀ ਇਕੱਠੇ ਰਲ ਕੇ ਇਹ ਅੰਦੋਲਨ ਨਹੀਂ ਕੀਤਾ ਜਾ ਸਕਦਾ? ਨੋ, ਇਹਨੂੰ ਮੇਰਾ ਖਿਆਲ ਹੈ ਭੁਲੇਖਾ ਲੱਗ ਰਿਹਾ ਹੈ ਕਿ ਅਸੀਂ ਅੱਜ ਐਲਾਨ ਕੀਤਾ
ਅਸੀਂ ਮੀਡੀਆ ਦੇ ਉੱਤੇ ਹੋ ਸਕਦਾ ਇਹ ਗੱਲ ਨਾ ਆਈ ਹੋਵੇ, ਅਸੀਂ ਵੱਡੀ ਪੱਧਰ ਦੇ ਉੱਤੇ ਜਿਸ ਦਿਨ ਦਾ ਇਹ ਨੋਟੀਫਿਕੇਸ਼ਨ ਹੋਇਆ ਹੈ ਅਸੀਂ ਸਾਰੀ ਲੀਡਰਸ਼ਿਪ ਨੇ ਉਸੇ ਦਿਨ ਤੋਂ ਇਹਦੇ ਖਿਲਾਫ਼ ਮਤਲਬ ਆਵਾਜ਼ ਚੁੱਕੀ ਹੋਈ ਹੈ ਕਿ ਅਸੀਂ ਇਹ ਮਤਲਬ ਸੈਲੋਜ ਦੇ ਖਿਲਾਫ਼ ਵੀ ਲੜਾਈ ਲੜਾਂਗੇ। ਦਿੱਲੀਵਾਲ ਸਾਹਿਬ, ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕਰਤਾ ਵੀ ਅਸੀਂ 8 ਤਰੀਕ ਨੂੰ ਚੰਡੀਗੜ੍ਹ ਪਹੁੰਚਾਂਗੇ ਔਰ ਵੱਡੇ ਪੱਧਰ 'ਤੇ ਵਿਰੋਧ ਕਰਾਂਗੇ, ਤਾਂ ਹੁਣ ਕਿਉਂ ਤੁਸੀਂ ਦੋਨੇ ਜਥੇਬੰਦੀਆਂ ਹੈ ਜਿਹੜੀਆਂ ਤੁਹਾਡੇ ਦੋਨੇ ਫਾਰਮ ਨੇ ਉਹਨਾਂ ਨਾਲ ਇਕੱਠੇ ਮਿਲ ਕੇ ਕਿਉਂ ਨਹੀਂ ਚੰਡੀਗੜ੍ਹ ਪ੍ਰਦਰਸ਼ਨ ਕਰ? ਦੇਖੋ ਸਵਾਲ ਕੀ ਹੈ, ਲੜਾਈ ਲੜਨੀ ਜਿਹੜੀ ਕੋਈ ਲੀਡਰਾਂ ਨੇ ਤਾਂ ਲੜਨੀ ਨਹੀਂ ਹੁੰਦੀ, ਲੜਾਈ ਤਾਂ ਕੈਡਰ ਨੇ ਲੜਨੀ ਹੈ ਨਾ। ਸਾਡੇ ਸਾਰੀਆਂ ਜਥੇਬੰਦੀਆਂ ਦਾ ਕੈਡਰ ਕਿੱਥੇ ਬੈਠਾ ਹੈ? ਸ਼ੰਭੂ ਬੈਠਾ ਹੈ, ਖਨੌਰੀ ਬੈਠਾ ਹੈ, ਡੱਬਵਾਲੀ ਬੈਠਾ ਹੈ, ਰਤਨਪੁਰੇ ਬੈਠਾ ਹੈ, ਹਰਿਆਣੇ ਦੇ ਕੁਝ ਪੁਆਇੰਟਾਂ 'ਤੇ ਬੈਠਾ ਹੈ, ਸਾਡਾ ਸਾਰਾ ਕੈਡਰ ਉੱਥੇ ਬੈਠਾ ਹੈ। ਅਸੀਂ ਆਪਦੀ ਲੜਾਈ ਨੂੰ ਉਸੇ ਢੰਗ ਨਾਲ ਲੜਾਂਗੇ ਜਿੱਥੇ ਸਾਡਾ ਕੈਡਰ ਨੂੰ ਉਹ ਲੜਾਈ ਲੜਨੀ ਮਤਲਬ ਠੀਕ ਲੱਗਦੀ ਹੈ। ਸੋ ਉਹਦੇ 'ਚੋਂ ਅਸੀਂ ਇਹ ਪ੍ਰੋਗਰਾਮ ਦਿੱਤਾ ਕਿ 7 ਤਰੀਕ ਨੂੰ ਅਸੀਂ ਇਹ ਕਰਾਂਗੇ। ਧੰਨਵਾਦ, ਤਮਾਮ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ ਜਗਜੀਤ ਸਿੰਘ ਦਿੱਲੇਵਾਰ ਹੋਰਾਂ ਨਾਲ, ਔਰ 7 ਦੇ 2-9 ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਕੰਗ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।